بسم اللہ الرحمن الرحیم تمام دوست میرے بھائی میرے چاہنے والے سب دوستاںوں میری طرفوں اسلام علیکم امید کرتا ہوں کہ سب دوست میرے بھائی میرے چاہنے والے بالکل ٹھیک ٹھاک ہوں گے تو بھائی میرے تھائی لینڈ لٹری ڈراے تھائی لینڈ لٹری دا 750 باؤنس اپا ڈراپ لے کرنا ہے 16 تاریخ چوتھا مہینہ سن 2023 میں ڈراپ لے ہونا ہے ਅੱਜ ਮੈਂ ਆਪਣੇ ਦੋਸਤ ਮੈਂ ਆਪਣੇ ਭਾਈਆ ਬਾਸ ਸੇ ਬੜੀ ਪਿਆਰੀ ਰੋਟੀਨ ਬਹੁਤ ਹੀ ਜ਼ਬਰਦਸਤ ਰੋਟੀ ਲੈ ਕੇ ਆਇਆ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਕੋਸ਼ਿਸ਼ ਕੀਤਾ ਕਰੋ ਭਾਈ ਮੇਰੇ ਵੀਡੀਓ ਪੂਰੀ ਵਿਆਖਿਆ ਕਰੋ ਕਾਫੀ ਦੋਸਤ ਲਾਈਕ ਵੀ ਕਰਦੇ ਨੇ ਰੋਟੀਨ ਅੱਛੀ ਲੱਗਦੀ ਹੈ ਨਾ ਤਾਂ ਲਾਈਕ لازਮੀ ਕਰਦੇ ਨੇ ਤੇ ਦੋਸਤਾਂ ਨਾਲ ਰਿਕਵੈਸਟ ਵੀ ਕੀਤੀ ਹੋਈ ਹੈ ਕਿ ਯਾਰ ਭਾਈ ਤੁਸੀਂ ਲਾਈਕ ਕਰਦੇ ਹੋ ਔਰ ਪਸੰਦ ਵੀ ਕਰਦੇ ਹੋ ਵੀਡੀਓ ਨੂੰ ਤੇ ਮੇਰੇ ਪੇਜ ਨੂੰ ਫੋਲੋ ਕਰ ਲੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਮੇਰੀ ਜੋ ਵੀਡੀਓ ਆਵੇ ਨਾ ਮੇਰੇ ਦੋਸਤਾਂ ਤੱਕ ਜਲਤੋ ਜਲਦ ਪਹੁੰਚੇ ਅੱਜ ਦੀ ਵੀਡੀਓ ਬਾਰੇ ਆਦੇ ਭਾਈਆਂ ਨੂੰ ਮੈਂ ਸਿੰਗਲ ਆਕੜੇ ਦੀ ਵਿਖਾਣੀ ਹੈ ਲੇਕਿਨ ਉਹ ਇੱਕ ਜਿਹੜਾ ਸੈੱਟ ਸਹੀ ਚੱਲ ਰਿਹਾ ਨਾ ਉਹ ਵੀ ਵਿਖਾਵਾਂਗਾ ਇੱਕ ਸਿੱਧਾ ਸਿੱਧਾ ਆਕੜਾ ਲੱਗ ਰਿਹਾ ਆ ਰਿਹਾ ਉਠੀ ਕੇ ਉਹ ਵੀ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਯਾਰ ਕਿ ਕਿਸੇ ਦੋਸਤ ਮੇਰੇ ਕਿਸੇ ਮੇਰੇ ਭਾਈ ਦਾ ਫਾਇਦਾ ਹੋ ਜਾਵੇ ਕਿਸੇ ਨਾਲ ਟੈਲੀ ਹੋ ਜਾਵੇ ਔਰ ਉਹ ਅੱਛੇ ਤਰੀਕੇ ਨਾਲ ਨਾਮ ਉਠਾ ਲਵੇ ਐ ਭਾਈ ਮੇਰੇ ਨਾਲ 750 ਬਾਂਡ ਚਾਪਲ ਡਰਾਪ ਲੈ ਕਰਨਾ ਹੈ 81 ਦੇ ਥੱਲੇ ਪੜਾਪਲੇ ਕਰਨਾ ਭਾਈ ਮੇਰੇ ਸਾਲ ਦੀ ਦੂਸਰੀ ਪੱਟੀ ਤੇ ਇਹ ਰੂਟੀਨ ਇਸ ਤਰ੍ਹਾਂ ਹੈ ਭਾਈ ਮੇਰੇ 750 ਬੌਂਡ ਦੇ ਨਾ ਪਹਿਲੀ ਪੱਟੀ ਤੇ ਇਹ ਓਪਨ 1 ਦਾ ਸੀ ਤੇ ਇਹਦਾ ਕਰ ਸੈਂਟਰ ਲੱਗ ਗਿਆ ਇਹ ਪਹਿਲੀ ਦਫਾ ਲੱਗਿਆ ਜੇ ਐਸ ਓਪਨ ਦਾ ਕਰ ਸੈਂਟਰ ਪਹਿਲੀ ਦਫਾ ਪਹਿਲੀ ਪੱਟੀ ਤੇ ਲੱਗਿਆ ਜੇ ਦੂਸਰੀ ਦਫਾ ਭਾਈ ਮੇਰੇ ਇਹ ਲੱਗ ਗਿਆ 9 ਦਾ ਕਰ 4 ਸੈਂਟਰ ਅੱਜ ਤੀਸਰੀ ਦਫਾ ਦੋ ਦਾ ਕਰ 7 ਸੈਂਟਰ ਲੱਗ ਚੁਕਿਆ ਮੈਂ ਆਪਣੇ ਦੋਸਤਾਂ ਨਾਲ ਨਾ ਤੀਸਰੇ ਹੱfte ਰੂਟੀਨ ਸ਼ੇਅਰ ਕੀਤੀ ਸੀ SS 73 ਦੇ ਵਾਲੇ ਨਾਲ ਕਿ ਇੱਥੇ ਬੈਕ 59 ਲੱਗੀ ਫਿਰ ਬੈਕ 69 ਲੱਗੀ ਅੱਜ ਇੱਥੇ ਬੈਕ SS 69 ਦੇ ਵਾਲੇ ਨਾਲ ਆ ਕਿ ਸੌਰੀ ਭਾਈ 73 ਦੇ ਵਾਲੇ ਨਾਲ ਇੱਥੇ ਬੈਕ 79 ਲੱਗੇਗੀ ਕਿਉਂਕਿ ਜਿਹੜਾ ਤੀਸਰੇ ਹੱfte ਸੈੱਟ ਹੁੰਦੇ ਨਾ ਭਾਈ ਉਹ ਬਰਾਚਾ ਬਹੁਤ ਹੀ ਜ਼ਬਰਦਸਤ ਹੁੰਦਾ ਹੈ ਉਹਦੇ ਤੇ ਤਵੱਜੋ ਕੀਤੀ ਜਾ ਸਕਦੀ ਹੈ ਤੇ ਮੈਂ ਪਹਿਲੇ ਆਪਣੇ ਦੋਸਤਾਂ ਨੂੰ ਨਾ 83 ਦਾ ਪੈਕੇਟ ਦੇ ਕੇ ਆਇਆ ਥਾਈਲੈਂਡ ਲਾਟਰੀ ਵਾਸਤੇ ਐ ਭਾਈ ਮੇਰੇ ਨਾਲ ਜਦੋਂ ਪਹਿਲੀ ਦਫਾ ਇਹ ਓਪਨ ਦਾ ਘਰ ਸੈਂਟਰ ਪਹਿਲੀ ਪੱਟੀ ਤੇ ਲੱਗ ਜਾਵੇ ਜਦੋਂ ਵੀ 7000 ਬੌਂਡ ਵਿੱਚ ਤਾਂ ਆਪਾਂ ਕਰਾਸ ਦੇ ਵਿੱਚ ਨਾ 750 ਬੌਂਸ ਡਰਾ ਕਰਨਾ ਹੋਵੇ ਤੇ ਇਹਨੇ 21 ਦਾ ਅਕੜ ਲਾਇਆ ਫਿਰ ਇਹਨੇ ਆ ਕੇ ਭਾਈ ਮੇਰੇ ਇਹ ਲੱਗਿਆ ਤੇ ਇਹਨੇ ਦੂਸਰੇ ਪਸਾਲ ਦੀ ਦੂਸਰੀ ਸੌਰੀ ਭਾਈ ਐ ਪਹਿਲੇ ਸਾਲ ਦੀ ਪਹਿਲੀ ਪੱਟੀ ਤੇ ਲੱਗਾ ਹੈ 7500 ਬੌਂਸ ਤੇ ਆਪਾਂ 750 ਦੀ ਦੂਸਰੀ ਪੱਟੀ ਤੇ ਡਰਾ ਕਰਨਾ ਹੈ ਕ੍ਰਾਸ ਦੇ ਵਿੱਚ ਇਹਨੇ 39 ਦਾ ਅਕੜਾ ਲਾਇਆ ਹੈ ਅੱਜ ਫਿਰ ਭਾਈ ਮੇਰੇ ਇਹ ਓਪਨ ਦਾ ਘਰ ਸੈਂਟਰ ਲੱਗ ਚੁਕੇ ਆਪਾਂ ਕ੍ਰਾਸ ਦੇ ਵਿੱਚ ਇੱਥੇ ਡਰਾ ਪਲੇ ਕਰਨਾ ਹੈ ਔਰ ਬੜਾ ਪਿਆਰਾ ਸੈੱਟ ਤੇ ਤਵੱਜੂ ਕਰਿਆ ਜੇ ਸਭ ਤੋਂ ਪਹਿਲੇ ਜਦੋਂ ਪਹਿਲੇ ਮੇਰੇ ਸੈੱਟ ਲੱਗਿਆ ਨਾ ਇਹ ਓਪਨ ਦਾ ਘਰ ਸੈਂਟਰ ਲੱਗਿਆ ਤਾਂ ਆਪਾਂ ਕ੍ਰਾਸ ਤੇ ਡਰਾ ਕਰਨਾ ਸੀ ਇਹ ਉੱਤੇ ਕਲੋਜ਼ ਲੱਗਾ ਖਲਾਸੀ ਸਾਦਾ ਸਾਦਾ ਘਰ ਥੱਲੇ ਓਪਨ ਹੀ ਲੱਗਣਾ ਸੀ ਇਹ ਸਾਦਾ ਘਰ ਥੱਲੇ ਓਪਨ ਲੱਗਣਾ ਸੀ ਦੋ ਇਹ ਲੱਗਿਆ ਭਾਈ ਮੇਰੇ ਪਹਿਲੀ ਦਫਾ ਦੂਸਰੀ ਦਫਾ ਜਦੋਂ ਭਾਈ ਮੇਰੇ ਸੈੱਟ ਲੱਗਿਆ ਨਾ ਇੱਥੇ ਪਰ ਡਰਾ ਕਰਨਾ ਸੀ ਉੱਤੇ 8 ਸੀ 8 ਦਾ ਘਰ 3 ਕੱਲਾ ਓਪਨ ਲੱਗਣਾ ਸੀ ਇੱਥੇ ਅੱਜ ਭਾਈ ਮੇਰੇ ਫੇਰੇ ਲੱਗ ਚੁੱਕਿਆ ਇਹ ਕਹਿੰਦਾ ਕਿ ਇੱਥੇ ਡਰਾ ਕਰਨਾ ਉੱਤੇ ਕਲੋਜ਼ ਇੱਕ ਦਾ ਪਿਆ ਕਹਿੰਦਾ ਇੱਕ ਦਾ ਘਰ 6 ਇੱਥੇ ਮੈਂ ਸਿੰਗਲ ਓਪਨ ਲਾਵਾਂ ਔਰ ਇਹ ਅੱਗੇ ਆਕੜਾ ਲਾ ਰਿਹਾ ਹੈ ਪੂਰਾ ਅਕੜਾ ਲਾ ਰਿਹਾ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਔਰ ਦੋ ਦੋ ਦਫਾ ਇੰਜ ਕੀਤਾ ਹੈ ਅੱਜ ਵੀ ਇਹਨੂੰ ਇੰਜ ਹੀ ਕਰਨਾ ਚਾਹੀਦਾ ਹੈ ਸਿੰਗਲ ਕਹਿੰਦਾ ਹੈ ਕਿ 6 ਦਾ ਓਪਨ ਪਲੇ ਕਰੋ ਇਹਦੇ ਦੋ ਦੋ ਤਰੀਕਿਆਂ ਨਾਲ ਇਹ ਸੈੱਟ ਲੱਗ ਰਿਹਾ ਭਾਈ ਮੇਰੇ ਉਸੇ ਤਰੀਕੇ ਨਾਲ ਹੀ ਇਹ ਦੇਖੋ ਪਹਿਲੇ ਭਾਈ ਮੇਰੇ ਜਦੋਂ ਇਹ ਸੈੱਟ ਲੱਗਿਆ ਨਾ ਪਹਿਲੇ ਜਦੋਂ ਸੈੱਟ ਬਣਿਆ ਇੱਥੇ ਇਹਨੇ ਕਲੋਜ਼ ਦਾ ਕਰ ਓਪਨ ਲਾਇਆ ਫਿਰ ਜਦੋਂ ਇਹ ਸੈੱਟ ਲੱਗਿਆ ਤਾਂ ਕਲੋਜ਼ ਦਾ ਕਰ ਇਹਨੇ ਓਪਨ ਲਾਇਆ ਅੱਜ ਫਿਰ ਇਹ ਸੈੱਟ ਲੱਗ ਚੁੱਕਿਆ ਕਹਿੰਦਾ ক্লোਜ਼ ਕਰ ਇੱਥੇ ਓਪਨ ਲੱਗੇ ক্লোਜ਼ ਕਿਸ ਤਰ੍ਹਾਂ ਲੱਗ ਰਿਹਾ ਵੀ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਵਾਂ ਜਦੋਂ ਇਹ ਸੈੱਟ ਲੱਗਿਆ ਨਾ ਭਾਈ ਮੇਰੇ ਤੇ ਜਿਹੜਾ ਓਪਨ ਹੈ ਨਾ ਇਹਨੇ ਸਿਰਫ ক্লোਜ਼ ਹੀ ਲੱਗਣਾ ਸੀ ਐਂ ਦਾ ਘਰ ਓਪਨ ਲੱਗਣਾ ਸੀ ਇਹ ਜਿਹੜਾ ਓਪਨ ਦਾ ਘਰ ਸੈਂਟਰ ਲੱਗ ਗਿਆ ਨਾ ਐਸ ਓਪਨ ਨੇ ਇੱਥੇ ਸਿੱਧਾ ক্লোਜ਼ ਹੀ ਲੱਗਣਾ ਸੀ ਔਰ ਇਹਨੇ 21 ਦਾ ਆਕੜਾ ਲਾ ਦਿੱਤਾ ਆ 7 ਦਾ ਘਰ ਇਹਨੇ ਦੋ ਓਪਨ ਲਾ ਕੇ ਇਹਨੂੰ ক্লোਜ਼ ਲਾਤੇ ਨੇ 21 ਦਾ ਆਕੜਾ ਕਲੀਅਰ ਕਰ ਦਿੱਤਾ ਇਹ ਲੱਗਿਆ ਭਾਈ ਮੇਰੇ ਫਿਰ ਜਦੋਂ ਇਹ ਸੈੱਟ ਲੱਗਿਆ ਭਾਈ ਮੇਰੇ ਤੇ ਇੱਥੇ ਪੱਖੇ ਨਸੀ ਤੇ ਐਟ ਦਾ ਘਰ ਓਪਨ ਲੱਗਣਾ ਸੀ ਇਹ ਨੌਨ ਸਿੱਧਾ ਕਲੋਜ਼ ਲੱਗਣਾ ਸੀ ਐਨ ਲਾ ਦਿੱਤਾ ਅੱਜ ਇਹ ਗੱਲ ਕਰਦਾ ਹੈ ਕਿ ਇਹ ਸੈੱਟ ਲੱਗ ਚੁੱਕਿਆ ਹੈ ਇਹਦਾ ਘਰ 6 ਤੇ ਓਪਨ ਲੱਗੇ ਇਹ ਦੋ ਸਿੰਗਲ ਇੱਥੇ ਕਲੋਜ਼ ਲੱਗੇ ਸਿੰਗਲ ਦੋ ਦਾ ਕਲੋਜ਼ ਇਹਨਾਂ ਜਿਹੜਾ ਦੂਸਰਾ ਸਟੈਪ ਹੈ ਨਾ ਉਹ ਵੀ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਕਿਉਂਕਿ ਰੁਟੀਨ ਦੇ ਮੁਤਾਬਕ ਜੋ ਚੀਜ਼ ਇਸ ਤਰੀਕੇ ਨਾਲ ਨਿਕਲੇ ਨਾ ਮੈਂ ਉਸੇ ਤਰੀਕੇ ਨਾਲ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰਨੀ ਹੈ ਉਸੇ ਤਰੀਕੇ ਨਾਲ ਮੈਂ ਆਪਣੇ ਦੋਸਤਾਂ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਨੀ ਹੈ ਇਹ ਭਾਈ ਮੇਰੇ ਫਸਟ ਵਾਸਤੇ ਆਕੜਾ ਇਹ ਕਾਕੜਾ ਹੋਰ ਇਥੋਂ ਹੀ ਨਿਕਲ ਰਿਹਾ ਮੈਂ ਆਪਣੇ ਦੋਸਤਾਂ ਨਾਲ ਨਾ ਉਹ ਆਕੜਾ ਵੀ ਸ਼ੇਅਰ ਕਰਨਾ ਅਗਲੀ ਵੀਡੀਓ ਜਿਹੜੀ ਵੀ ਥਾਈਲੈਂਡ ਦੀ ਲੱਗੇਗੀ ਨਾ ਸਿੰਗਲ ਆਕੜਾ ਬੈਕ ਆਕੜਾ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਸਿਰ ਉਹ ਲੈ ਕੇ ਯਾਰ ਕਾਫੀ ਦੋਸਤ ਜਿਹੜੇ ਨਾ ਇਹ ਉਹ ਕਹਿ ਰਹੇ ਨੇ ਕਿ ਬੈਕ ਮੇਰੇ ਕੋਲ ਇੱਕ ਰੂਟੀਨ ਹੈਗੀ ਹੈ ਜਿਹੜੀ ਸਿੰਗਲ ਬੈਕ ਆਕੜਾ ਲੱਗ ਰਿਹਾ ਹੈ ਲੇਕਿਨ ਮੇਰਾ ਜ਼ਹਿਨ ਹੈ ਕਿ ਮੈਂ ਇੱਕ ਹੋਰ ਲੱਭ ਕੇ ਨਾ ਟੈਲੀ ਕਰਕੇ ਨਾ ਇੱਕੋ ਵੀਡੀਓ ਲਾ ਕੇ ਆਪਣੇ ਦੋਸਤਾਂ ਦੇ ਨਾਲ ਉਹ ਬੈਕ ਆਕੜਾ ਸ਼ੇਅਰ ਕਰਾਂਗਾ ਇਹ ਬਾੜ ਦਾ ਆਕੜਾ ਹੈ ਇੱਕ ਮੈਂ ਆਪਣੇ ਦੋਸਤਾਂ ਨੂੰ ਨਾ ਇੱਥੋਂ ਹੀ ਸੈੱਟ ਲੱਗ ਰਿਹਾ ਹੈ ਲੇਕਿਨ ਉਹ ਪੂਰੀ ਪੈਕੇਟ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਇਸ ਸੈੱਟ ਤੋਂ ਹੀ ਲੇਕਿਨ ਅੱਜ ਥੋੜਾ ਇਹ ਮੁxtਲਫ ਹੋਇਆ ਖਲਾ ਮੈਂ ਉਸੇ ਤਰੀਕੇ ਨਾਲ ਆਪਣੇ ਭਾਈਆਂ ਨੂੰ ਸਮਝਾਇਆ ਕਿਤੇ ਸਿੰਗਲ ਆਕੜਾ ਕਹਿੰਦਾ ਕਿ ਬਾੜ ਦਾ ਲੱਗੇ ਲੇਕਿਨ ਇੱਕ ਹੋਰ ਸੈੱਟ ਇੱਥੋਂ ਹੀ ਲੱਗ ਰਿਹਾ ਹੈ ਜਦੋਂ ਬਈ ਮੇਰੇ ਲੱਗਿਆ ਨਾ ਕਿਉਂਕਿ ਮੈਂ ਦੋਨੋਂ ਹੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹਨਾ ਦੋਵੇਂ ਸੈੱਟ ਹੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹ ਜਦੋਂ ਇਹ ਪਹਿਲੀ ਦਫਾ ਲੱਗਿਆ ਨਾ ਤਾਂ ਪੈ ਇੱਥੇ ਖੇਡਣਾ ਸੀ ਤੇ ਅਗਲੇ ਸਾਲ ਦੀ ਪਹਿਲੀ ਪੱਟੀ ਤਾਂ ਪਾ ਜਾਣਾ ਹੈ ਇਹ ਚੌਥਾ ਤੇ ਪੰਜਵਾਂ ਫਿੰਗਰ ਸੀ 21 ਇਹ 21 ਇੱਥੇ ਆਕ ਲੱਗ ਗਈ ਇਹ 21 ਇੱਥੇ ਆਕ ਲੱਗੇ ਪਈ ਮੇਰੇ ਫਿਰ ਆਕੇ ਜਦੋਂ ਇਹ ਸੈੱਟ ਲੱਗਿਆ ਨਾ ਇਹ 9 ਦਾ ਕਰ 4 ਇੱਥੇ ਸੈਂਟਰ ਲੱਗਿਆ ਤਾਂ ਪੈ ਇੱਥੇ ਖੇਡਣਾ ਸੀ ਅਗਲੇ ਸਾਲ ਦੀ ਚੌਥਾ ਤੇ ਪੰਜਵਾਂ ਫਿੰਗਰ 39 ਸੀ ਇਹ 39 ਇੱਥੇ ਆਕ ਲੱਗ ਗਈ 39 ਦਾ ਪੂਰਾ ਅਕੜਾ 39 5 ਦਾ ਪੂਰਾ ਪੈਕੇਟ ਹੀ ਇੱਥੇ ਆ ਕੇ ਲੱਗ ਗਿਆ ਅੱਜ ਭਈ ਇੰਜ ਨਾ ਹੋ ਜਾਵੇ ਕਿ ਇੱਥੇ ਆਪਾਂ ਖੇਡਨੇ ਅੱਜ ਇਹਦਾ ਘਰ ਵੀ ਉਸ ਸਟੈਪ ਨਾਲ ਪਿਛਾ ਸਾਰਾ ਕੁਝ ਕਲੀਅਰ ਹੈ ਲੇਕਿਨ ਅੱਜ ਮੁxtਲਫ ਹੋ ਗਿਆ ਹੈ ਅੱਜ ਕਹਿੰਦਾ ਹੈ ਕਿ ਉੱਤੇ ਪਿਆ 15 ਦਾ ਅਕੜਾ ਇਹ 15 ਦਾ ਅਕੜਾ ਇੱਥੇ ਲੱਗੇ ਇਹ ਦੋ ਵਾਲਿਆਂ ਨਾਲ ਜਿਸ ਤਰੀਕੇ ਜਿਸ ਤਰੀਕੇ ਨਾਲ ਬਣਾਇਆ ਨਾ ਮੈਂ ਉਸੇ ਤਰੀਕੇ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਰਿਹਾ ਇਹ ਇੱਕ ਪੈਕੇਟ ਭਈ ਮੇਰੇ ਇਹਨੂੰ ਸੈਕੰਡ ਫਾਸਟ ਲਾਜ਼ਮੀ ਖੇਡ ਲੈ ਜੇ ਕਿਉਂਕਿ ਉਦੋਂ ਵੀ ਆਕੜਾ ਲੱਗ ਰਿਹਾ ਜਿੱਦੋਂ 62 ਦਾ ਆਕੜਾ ਦੇ ਰਿਹਾ ਇਦੋਂ 15 ਦਾ ਆਕੜਾ ਵੀ ਲੱਗ ਰਿਹਾ ਔਰ ਦੋਨੋਂ ਤੀਸਰੇ ਤੀਸਰੇ ਆਤੇ ਪੈਣੇ ਮੈਂ ਆਪਣੇ ਪਾਈਆਂ ਨੂੰ ਇਹ ਮੇਰੇ ਕੋਲ ਕੋਲੋ ਸਿੰਗਲ ਪੈਕਟ ਹੈ ਲੇਕਿਨ ਮੇਰੇ ਕੋਲੇ ਹੋਰ ਤਰੀਕਿਆਂ ਨਾਲ ਇਹ ਸੈਗਮੈਂਟ ਵਿੱਚੋਂ ਵੀ ਨਿਕਲ ਦੀ ਜੇ 15 9 ਦੀ ਪੈਕਟ ਇਹ ਮੈਂ ਆਪਣੇ ਦੋਸਤਾਂ ਨਾਲ ਤਾਂ ਸ਼ੇਅਰ ਕੀਤੀ ਹੈ ਕਿ ਮੇਰੇ ਕਿਸੇ ਦੋਸਤ ਨਾਲ ਟੈਲੀ ਕਰ ਜਾਵੇ ਤੇ ਇਹ ਖੇਲੇ ਜੇ ਅਗਰ ਇਹ ਦੋਨੋਂ ਅੱਛਾ ਲੱਗੇ ਤੁਸੀਂ ਇਹ ਵੀ ਪਲੇ ਕਰ ਸਕਦੇ ਹੋ ਲੇਕਿਨ ਇਹ ਮੈਂ ਅੱਗੇ ਪਿਛਾਂ ਰੂਟੀਨ 83 ਦੀ ਪੈਕਟ ਦੇ ਕੇ ਆਇਆ ਇਹ ਦੇਖੋ ਭਾਈ ਮੇਰੇ ਇਹ ਕਲੋਜ਼ ਵੀ ਲੱਗਿਆ ਇੰਦਾ ਘਰ ਓਪਨ ਵੀ ਲੱਗਿਆ ਇਹ 6 ਹੱਥ ਇਹਦੇ ਉੱਤੇ ਜਾਵਾਂਗੇ ਨਾ ਅਗਲੇ ਪਿਛਲੇ ਸਾਲ ਦੀ ਇਸ ਤੋਂ ਪਿਛਲੇ ਸਾਲ ਦੀ ਪੰਜਵਾਂ ਚੌਥਾ ਤੇ ਪੰਜਵਾਂ ਫਿੰਗਰ 21 ਆਕੜਾ ਹੈਗਾ ਸੀ ਇਹ ਹੀ ਆਕੜਾ ਇੱਥੇ ਲੱਗਿਆ ਔਰ ਇਹਦਾ ਘਰ ਵੀ ਲੱਗਿਆ ਇਹ ਕਲੋਜ਼ ਵੀ ਲੱਗਿਆ ਲੇਕਿਨ ਇਹਨੇ ਸੈੱਟ ਮੁਕੰਮਲ ਕੀਤਾ ਫਿਰ ਆ ਕੇ ਭਾਈ ਮੇਰੇ ਇਹ ਜਦੋਂ ਇੱਥੇ ਲੱਗਿਆ ਨਾ ਇੰਦਾ ਘਰ ਇੱਥੇ ਓਪਨ ਵੀ ਲੱਗਿਆ ਇਹ ਕਲੋਜ਼ ਵੀ ਲੱਗਿਆ ਇਹਦੇ ਉੱਤੇ ਜਾਵਾਂਗੇ ਨਾ ਅਗਲੇ ਪਿਛਲੇ ਸਾਲ ਦਾ ਚੌਥਾ ਤੇ ਪੰਜਵਾਂ ਫਿੰਗਰ 39 ਸੀ ਇਹ 39 ਵੀ ਇੱਥੇ ਆਤ ਲੱਗਿਆ ਲੇਕਿਨ ਅੱਜ ਦੋਨਾਂ ਤਰੀਕਿਆਂ ਨਾਲ ਮੈਂ ਆਪਣੇ ਦੋਸਤਾਂ ਨਾਲ ਗੱਲ ਸ਼ੇਅਰ ਕਰਤੀ ਏ ਰੂਟੀਨ ਸ਼ੇਅਰ ਕਰਤੀ ਕਿ ਇੱਥੇ ਲੱਗੇ ਇਹਦਾ ਘਰ 6 ਐ ਸਿੱਧਾ ਕਲੋਜ਼ ਬਾਹਰ ਦਾ ਆਕੜਾ ਇਹਦੇ ਅਗਲੇ ਪਿਛਲੇ ਸਾਲ ਜਾਵਾਂਗੇ ਨਾ ਇਹ ਓਪਨ ਚੌਥਾ ਫਿੰਗਰ ਹੈ ਭਾਈ ਮੇਰੇ ਇੱਕ ਦਾ ਪੰਜਵਾਂ ਫਿੰਗਰ ਹੈ ਪੰਜ ਦਾ ਇਹ ਕਹਿੰਦਾ ਕਿ 15 ਦਾ ਆਕੜਾ ਇੱਥੇ ਲੱਗੇ ਲੇਕਿਨ ਦੋਨੋਂ ਸੈੱਟ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿੱਤੇ ਨੇ ਕਿ ਦੋਨੋਂ ਚੀਜ਼ਾਂ ਇਹ 15 ਦਾ ਆਕੜਾ ਤੇ ਇਹ ਬਾਹਰ ਦਾ ਆਕੜਾ ਰੂਟੀਨ ਦੇ ਮੁਤਾਬਕ ਜਿਵੇਂ ਨਿਕਲੇ ਮੈਂ ਆਪਣੇ ਦੋਸਤਾਂ ਦੇ ਨਾਲ ਉਸੇ ਤਰੀਕੇ ਨਾਲ ਸ਼ੇਅਰ ਕਰਨਾ ਹੈ ਔਰ ਮੈਂ ਕਿਤੇ ਹੈ मेरे दोस्तों मेरी रूटीन अच्छी लगे ना पसंद आवे तो मेरे चैनल नु सब्सक्राइब ਤੇ ਪੇਜ ਨੂੰ ਫਾਲੋ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਕਿਉਂਕਿ ਮੈਂ ਜੋ ਮਿਹਨਤ ਜੋ اچھی ਸਰਚ ਆਪਣੇ دوست ਆਪਣੇ ਭਾਈਆ ਦੇ ਸਾਹਮਣੇ ਰੱਖਣੀ ਰੱਖਣੀ ਹੈ ਕਿਉਂਕਿ ਮੇਰੀ ਸਮਝ ਆਇਆ ਮੇਰੇ ਕੋਲ ਪੈਕਟ ਪੂਰੀ ਨਿਕਲ ਰਹੀ ਹੈ ਪੂਰੀ ਪੈਕਟ ਨਿਕਲ ਰਹੀ ਹੈ ਤੇ ਮੈਂ ਆਪਣੇ ਦੋਸਤਾਂ ਨਾਲ ਪੂਰੀ ਪੈਕਟ ਹੀ ਸ਼ੇਅਰ ਕੀਤੀ ਹੈ ਲੇਕਿਨ ਇਹ ਤੁਸੀਂ ਸੈਂਗਲ ਫਸਟ ਕਰਨੀ ਹੈ ਅਗਰ ਤੁਹਾਨੂੰ ਉਹ ਸੈਟ ਦੇ ਮੁਤਾਬਕ ਲੱਗੇ ਬਾਹਰ ਦਾ ਆਕੜਾ ਤਾਂ ਤੁਸੀਂ ਇਹ ਵੀ ਪਲੇ ਕਰ ਸਕਦੇ ਹੋ ਅਗਲੀ ਵੀਡੀਓ ਇਨਸ਼ਾਅੱਲਾਹ ਅੱਲਾਹ ਤੁਹਾਨੂੰ ਨਾਲ ਬੈਕ ਆਕਰ ਦੇ ਦੀ ਲੱਗੇਗੀ THAILAND ਦੀ रूटीन अच्छी लगी है ना पसंद आई है तो मेरे चैनल में लाजमी सबसक्राइब करो पेज लाजमी फॉलो करो मेरे दोस्त की मेहरबानी है इन शाला अगली वीडियो अच्छी होगी बहुत ही ज़बरदस्त होगी अपने दोस्तों शेयर कराँगा अगली वीडियो तक जस दो अल्लाह हाफिज़